ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ, ਚੰਡੀਗੜ੍ਹ ਤੋਂ ਆ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਫੋਰਸ ਤੈਨਾਤ ਕੀਤੀ ਗਈ ਹੈ, ਬੈਰੀਕੇਡਿੰਗ ਕਰ ਦਿੱਤੀ ਗਈ ਔਰ ਵਾਟਰ ਕੈਨਨ ਤੱਕ ਤੈਨਾਤ ਕਰ ਦਿੱਤੀਆਂ ਗਈਆਂ ਨੇ। ਮਾਮਲਾ ਕੀ ਹੈ, ਅੱਜ ਚੰਡੀਗੜ੍ਹ ਨਿਗਮ ਦੇ ਵਿੱਚ ਜਿਹੜੇ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਜਾਰੀ ਹੈ ਇਸ ਵੇਲੇ ਔਰ ਅੰਦਰ ਦੀ ਜਿਹੜਾ ਹਾਲ ਚਾਲ ਤੁਹਾਨੂੰ ਦੱਸ ਦਈਏ। ਜੋ ਤਾਜ਼ਾ ਅਪਡੇਟ ਇਹੀ ਆਈ ਹੈ ਕਿ ਅੰਦਰ ਜ਼ੋਰਦਾਰ ਹੰਗਾਮੇ ਦੇ ਵਿੱਚ ਜਿਹੜੀ ਚੋਣ ਪ੍ਰਕਿਰਿਆ ਜਾਰੀ ਹੈ ਔਰ ਜਿਹੜੇ ਮੇਅਰ ਨੇ ਕੁਲਦੀਪ ਕੁਮਾਰ ਉਹ ਬੈਠੇ ਹੋਏ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਚੋਣ ਹੋ ਰਹੀ ਹੈ ਔਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਜਿਹੜਾ ਉਹ ਹਾਵੀ ਨਜ਼ਰ ਆ ਰਿਹਾ। ਫਿਲਹਾਲ ਹਲੇ ਵੋਟਿੰਗ ਜਾ ਰਹੀ ਹੈ, ਦੇਖਣਾ ਹੋਵੇਗਾ ਕਿ ਅੱਜ ਜਿਹੜਾ ਕੌਣ ਚੰਡੀਗੜ੍ਹ ਨਿਗਮ ਨੂੰ ਕਿਹੜਾ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਮਿਲੇਗਾ। ਇਸ ਨੂੰ ਲੈ ਕੇ ਹਲੇ ਵੀ ਜਿਹੜਾ ਰੇੜਕਾ ਉਹ ਬਰਕਰਾਰ ਹੈ ਔਰ ਤੁਹਾਨੂੰ ਦੱਸ ਦੀ ਕਿ ਇਸ ਵੇਲੇ ਜਿਹੜੀ ਸਖ਼ਤ ਸੁਰੱਖਿਆ ਦਾ ਪਹਿਰਾ ਜਿਹੜਾ ਹੈ ਉਹ ਨਿਗਮ ਦਫ਼ਤਰ ਦੇ ਚਾਰੇ ਪਾਸੇ ਜਿਹੜੀ ਆ ਉਹ ਸੁਰੱਖਿਆ ਦਾ ਪਹਿਰਾ ਬਿਠਾ ਦਿੱਤਾ ਗਿਆ ਹੈ। ਵਾਟਰ ਕੈਨਨ ਤੱਕ ਤੈਨਾਤ ਕੀਤੇ ਗਏ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਹੰਗਾਮੇਦਾਰ ਜਿਹੜਾ ਇਹ ਚੋਣ ਪ੍ਰਕਿਰਿਆ ਦਾ ਜਿਹੜਾ ਇਸ ਵੇਲੇ ਕੰਮ ਚੱਲ ਰਿਹਾ। ਸਾਡੇ ਨਾਲ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਦੇ ਉੱਪਰ ਮਨਜੋ ਜੁੜੇ ਹੋਏ ਨੇ। ਮਨਜੋ, ਤਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਜਿਹੜਾ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ, ਕਿਸੇ ਵੀ ਤਰੀਕੇ ਦੀ ਕੋਈ ਹਲਚਲ ਨਹੀਂ ਹੁਣ ਦਿੱਤੀ ਜਾਵੇਗੀ? ਜੀ, ਜਿਸ ਤਰੀਕੇ ਦੇ ਨਾਲ ਪੁਨਰਜੀਤ ਸਰ ਤੁਸੀਂ ਦੱਸਿਆ ਹੈ, ਬਿਲਕੁਲ ਉਸੇ ਤਰੀਕੇ ਦਾ ਮਾਹੌਲ ਹੈ, ਕਿਉਂਕਿ ਅੰਦਰ ਵੀ ਜਿਹੜਾ ਹੁਣ ਰਿਟਰਨਿੰਗ ਅਫਸਰ ਜਿਹੜਾ ਕੁਲਦੀਪ ਕੁਮਾਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੇਅਰ ਥਾਪੇ ਗਏ ਸੀ, ਉਹਨਾਂ ਨੂੰ ਬੁਲਾਇਆ ਹੋਇਆ ਔਰ ਬਾਹਰ ਜਿਹੜੇ ਨੇ ਉਹ ਪੁਲਿਸ ਵੱਲੋਂ ਪੂਰੀ ਕਮਾਂਡ ਸੰਭਾਲੀ ਗਈ ਹੈ। ਲਗਭਗ ਜੇਕਰ ਗਿਣਤੀ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਪਰ ਚੰਡੀਗੜ੍ਹ ਪੁਲਿਸ ਦੇ ਲਗਭਗ 2000 ਦੇ ਨਜ਼ਦੀਕ ਜਿਹੜੇ ਕਰਮਚਾਰੀ ਲਗਾਏ ਹੋਏ ਨੇ, ਜਿਸਦੇ ਨਾਲ ਸੀਨੀਅਰ ਅਧਿਕਾਰੀ ਬਿਲਕੁਲ ਬਾਹਰ ਖੜੇ ਹੋਏ ਔਰ ਬੈਰੀਕੇਟਿੰਗ ਕੀਤੀ ਹੋਈ ਹੈ ਮੇਅਰ ਦਫ਼ਤਰ ਦੇ ਅੰਦਰ, ਕਿਉਂਕਿ ਕਿਸੇ ਨੂੰ ਵੀ ਅੰਦਰ ਜਾਣ ਦੀ ਹਿਦਾਇਤ ਨਹੀਂ ਹੈ, ਕਿਉਂਕਿ ਜਿਹੜੇ ਕੌਂਸਲਰ ਸੀਗੇ ਉਹ ਪਹਿਲਾਂ ਤੋਂ ਹੀ ਸਵੇਰੇ ਅੰਦਰ ਪਹੁੰਚ ਚੁੱਕੇ ਨੇ। ਜਿਹੜੀ ਪੋਲਿੰਗ ਅੰਦਰ ਹੋ ਰਹੀ ਹੈ ਬੜੇ ਵਧੀਆ ਸੁਚੱਜੇ ਢੰਗ ਦੇ ਨਾਲ, ਜਿਹੜੀ ਕਾਨਫਰੰਸ ਹਾਲ ਦੇ ਵਿੱਚ ਜੇਕਰ ਜਿਹੜੇ ਗੱਲ ਕਰੀ ਉੱਥੇ ਬਿਠਾਇਆ ਹੋਇਆ ਔਰ ਬਾਕੀ ਪੋਲਿੰਗ ਚੱਲ ਰਹੀ ਹੈ। ਸਭ ਤੋਂ ਪਹਿਲੀ ਵੋਟ ਜਿਹੜੀ ਉਹ ਜਿਹੜੇ ਐਮ ਪੀ ਚੰਡੀਗੜ੍ਹ ਕਿਰਨ ਖੇਰ ਨੇ ਉਹਨਾਂ ਨੇ ਪਾਈ ਹੋਈ ਸੀ, ਲੇਕਿਨ ਹੁਣ ਬਾਹਰ ਦੇ ਹਾਲਾਤ ਜਿਹੜੇ ਬਿਆਨ ਕਰੀਏ ਤਾਂ ਬਾਹਰ ਹੰਗਾਮਾ ਜਿਹੜੀ ਹੈ ਉਹ ਨਾ ਹੋਵੇ, ਜਿਸ ਨੂੰ ਲੈ ਕੇ ਪੁਲਿਸ ਅਫਸਰ ਜਿਹੜੇ ਨੇ ਉਹ ਤਾਇਨਾਤ ਕੀਤੇ ਹੋਏ ਆ, ਜਿੱਥੇ ਨਾਲ ਦੀ ਨਾਲ ਦੱਸ ਸੀ ਕਿ ਵਾਟਰ ਕੈਨਨ ਬਿਲਕੁਲ ਇੱਥੇ ਪਹੁੰਚੇ ਹੋਏ ਨੇ, ਦੂਸਰੇ ਪਾਸੇ ਵਜਰਵਾਨ ਨੇ ਔਰ ਨਾਲ ਹੀ ਪੁਲਿਸ ਜਿਹੜੀ ਸਰਵਲੈਂਸ ਵੈਨ ਹੈ ਉਹ ਵੀ ਬਿਲਕੁਲ ਇਸੇ ਜਗ੍ਹਾ ਦੇ ਉੱਪਰ ਤਾਇਨਾਤ ਕੀਤੀ ਹੋਈ ਹੈ ਔਰ ਜਿਹੜੇ ਐਮ ਸੀ ਆਫਿਸ 17 ਨੂੰ ਆਉਣ ਵਾਲੇ ਰਸਤੇ ਨੇ ਉਹਨਾਂ ਦੇ ਉੱਪਰ ਵੀ ਨਾਕਾਬੰਦੀ ਕੀਤੀ ਹੋਈ ਹੈ। ਠੀਕ ਹੈ, ਠੀਕ ਹੈ ਮਨਜੋਤ, ਠੀਕ ਹੈ ਠੀਕ ਹੈ। ਤੁਸੀਂ ਕੋਸ਼ਿਸ਼ ਕਰੋ ਤਸਵੀਰਾਂ ਸਾਨੂੰ ਅੰਦਰੋਂ ਅਰੇਂਜ ਕਰਾਉਣ ਦੀਆਂ, ਕਿਸ ਤਰੀਕੇ ਦਾ ਮਾਹੌਲ ਹੈ ਔਰ ਬਾਹਰੋਂ ਵੀ ਕਿਸ ਤਰੀਕੇ ਦੇ ਸੁਰੱਖਿਆ ਦੇ ਪ੍ਰਬੰਧ, ਤੁਸੀਂ ਉਹਦੀ ਵੀ ਸਾਨੂੰ ਇੱਕ ਗਰਾਊਂਡ ਰਿਪੋਰਟ ਭੇਜੋ ਅਤੇ ਬਹੁਤ ਧੰਨਵਾਦ। ਫਿਲਹਾਲ ਤੁਸੀਂ ਇਸ ਮੌਕੇ ਦੇ ਉੱਪਰ ਬਣੇ ਰਹੋ। ਤਾਂ ਚੰਡੀਗੜ੍ਹ ਨਿਗਮ ਦੇ ਬਾਹਰ ਸੁਰੱਖਿਆ ਦਾ ਪੁਖਤਾ ਪਹਿਰਾ, ਜਿੱਦਾਂ ਹੀ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ ਚੋਣ ਹੋਵੇਗੀ, ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਾਂਗੇ ਦੈਨਿਕ ਸਵੇਰਾ ਦੇ ਉੱਪਰ ਹਰ ਇੱਕ ਅਪਡੇਟ ਦੇ ਲਈ ਸਾਡੇ ਨਾਲ ਬਣੇ ਰਹੋ। ਫਿਲਹਾਲ ਇਸ ਵੇਲੇ ਨਿਗਮ ਦਫ਼ਤਰ ਦੇ ਅੰਦਰ ਜਿਹੜੀ ਹੈ ਉਹ ਚੋਣ ਪ੍ਰਕਿਰਿਆ ਜਾਰੀ ਹੈ, ਅੱਜ ਚੋਣ ਹੋਣੀ ਹੈ ਚੰਡੀਗੜ੍ਹ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਾਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ, ਫ੍ਰੀ। ਆਰ ਕੇ ਤਾਂਤਰਿਕ, ਮੋਬਾਈਲ 9178-55093-7105-98-4475, ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।